ਕੁੜੀ ਤੋਂ ਬੈਕ ਹੋ ਕੇ ਭੱਜ ਰਹੇ ਸੀ ਲੁਟੇਰੇ। ਨਹੀਂ ਛੱਡਿਆ ਕੁੜੀ ਨੇ ਆਪਣਾ ਬੈਗ ਤਾਂ ਲੁਟੇਰੇ ਕਈ ਮੀਟਰ ਤੱਕ ਲੈ ਗਏ ਘਸੀਟਦੇ ਹੋਏ। ਮੂੰਹ ਦੇ ਭਾਰ ਹੇਠਾਂ ਸੜਕ ਤੇ ਡਿੱਗੀ ਕੁੜੀ। ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ ਕਿਵੇਂ ਲੁਟੇਰਿਆਂ ਨੇ ਸੜਕ ਤੇ ਜਾਂਦੀ ਇਸ ਕੁੜੀ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਇਸ ਕੁੜੀ ਨੇ ਬੈਗ ਨਹੀਂ ਛੱਡਿਆ ਤਾਂ ਇਹ ਬਾਈਕ ਦੇ ਨਾਲ ਹੀ ਇਸ ਨੂੰ ਘਸੀਟਦੇ ਹੋਏ ਲੈ ਜਾਂਦੇ ਨੇ, ਜਿਸ ਤੋਂ ਬਾਅਦ ਇਹ ਕੁੜੀ ਮੂੰਹ ਦੇ ਭਾਰ ਹੇਠਾਂ ਵੱਜਦੀ ਹੈ, ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਤਾਂ ਮੌਕੇ ਤੋਂ ਇਹ ਲੁਟੇਰੇ ਵੀ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਜਿੱਥੇ ਲੁਟੇਰਿਆਂ ਨੇ ਸੜਕ ਤੇ ਜਾਂਦੀ ਇਸ ਕੁੜੀ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਬੈਗ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਤਾਂ ਜਦੋਂ ਇਸ ਦਾ ਬੈਗ ਖੋ ਰਹੇ ਸੀ ਤਾਂ ਕੁੜੀ ਦੇ ਵੱਲੋਂ ਬੈਗ ਤੋਂ ਆਪਣਾ ਹੱਥ ਨਹੀਂ ਛੱਡਿਆ, ਜਿਸ ਕਰਕੇ ਉਹ ਇਹਨਾਂ ਲੁਟੇਰਿਆਂ ਦੇ ਨਾਲ ਹੀ ਲੁਟੇਰੇ ਇਸ ਕੁੜੀ ਨੂੰ ਕਈ ਮੀਟਰ ਤੱਕ ਘਸੀਟਦੇ ਹੋਏ ਲੈ ਜਾਂਦੇ ਨੇ। ਤਾਂ ਇਸ ਦੇ ਵਿੱਚ ਗੰਭੀਰ ਜ਼ਖਮੀ ਹੋ ਜਾਂਦੀ ਹੈ, ਜਿੱਥੇ ਹਸਪਤਾਲ 'ਚ ਜਾ ਕੇ ਇਸਦੇ 4 ਟਾਂਕੇ ਵੀ ਲਗਾਏ ਜਾਂਦੇ ਨੇ। ਤਾਂ ਵੱਡੀ ਵਾਰਦਾਤ ਦਿਨ ਦਿਹਾੜੇ ਇਹਨਾਂ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ, ਜਿੱਥੇ ਰਾਹ ਜਾਂਦੀ ਇੱਕ ਕੁੜੀ ਦਾ ਇਹਨਾਂ ਦੇ ਵੱਲੋਂ ਪਹਿਲਾਂ ਪਿੱਛਾ ਕੀਤਾ ਗਿਆ ਤੇ ਫਿਰ ਉਸ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁੜੀ ਨੇ ਆਪਣਾ ਬੈਗ ਨਹੀਂ ਛੱਡਿਆ, ਜਿਸ ਕਰਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।